ਪਟਿਆਲਾ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਵੱਖ ਵੱਖ ਵਾਹਨਾਂ ਨੂੰ ਟੱਕਰ ਮਾਰ ਦੇਣ ਦਾ ਇੱਕ ਮਾਮਲਾ ਸਾਹਮਣੇ ਆਇਆ। ਮੈਂ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿੱਥੇ ਕਿ ਕਾਰ ਸਵਾਰਾਂ ਦੇ ਵੱਲੋਂ ਕਈ ਵਾਹਨਾਂ ਨੂੰ ਹਿੱਟ ਕੀਤਾ ਗਿਆ। ਤੁਸੀਂ ਜਿਹੜੀ ਵੀਡੀਓ ਦੇਖੀ ਉਹ 'ਚ ਦੇਖੋਗੇ ਕਿ ਇਹੀ ਉਹ ਜਗ੍ਹਾ ਹੈ ਜਿੱਥੋਂ ਕਿ ਕਾਰ ਜਾਂਦੀ ਹੈ ਅਤੇ ਇੱਕ ਔਰਤ ਨੂੰ ਜਿਸਦੇ ਪੀਲੇ ਰੰਗ ਦੇ ਕੱਪੜੇ ਪਾਏ ਹੁੰਦੇ ਨੇ ਉਹਨੂੰ ਹਿੱਟ ਕਰਦੀ, ਉਸ ਤੋਂ ਬਾਅਦ ਲੋਕ ਉਸ ਦੇ ਪਿੱਛੇ ਭੱਜਦੇ ਨੇ। ਮੇਰੇ ਨਾਲ ਤੁਸੀਂ ਦੇਖੋ ਕਿ ਇੱਥੇ ਛੋਟੇ ਛੋਟੇ ਦੁਕਾਨਦਾਰ ਨੇ, ਰੇਹੜੀਆਂ ਵਾਲੇ ਨੇ ਜਿਹੜੇ ਇੱਥੇ ਮੌਜੂਦ ਸੀ ਅਤੇ ਜਿਨ੍ਹਾਂ ਨੇ ਮੌਕੇ 'ਤੇ ਭੱਜ ਕੇ ਆਪਣੀ ਜਾਨ ਬਚਾਈ ਹੈ। ਮੇਰੇ ਨਾਲ ਇੱਕ ਭਾਈ ਸਾਹਿਬ ਮੌਜੂਦ ਨੇ, ਇੱਥੇ ਦੁਕਾਨ ਲਾਉਂਦੇ ਨੇ ਗੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਵੀਰ ਜੀ ਕੀ ਨਾਮ ਹੈ ਤੁਹਾਡਾ? ਅਜੈਬ ਸਿੰਘ। ਅਜੈਬ ਸਿੰਘ ਜੀ, ਪੂਰੀ ਘਟਨਾ ਜਦੋਂ ਹੋਈ ਤੁਸੀਂ ਕੀ ਦੇਖਿਆ, ਕੀ ਵਾਪਰਿਆ ਇੱਥੇ? ਇਹ ਗੱਡੀ ਉੱਧਰੋਂ ਆ ਰਹੀ ਸੀਗੀ ਜੀ, ਐਕਟਿਵਾ 'ਤੇ ਤਿੰਨ ਸਵਾਰੀਆਂ ਸੀਗੀਆਂ, ਇੱਕ ਬੰਦਾ ਸੀ, ਦੋ ਲੇਡੀਜ਼ ਸੀਗੀਆਂ, ਉਹਨਾਂ 'ਚ ਮਾਰੀ ਉਹਨੇ ਗੱਡੀ ਲਿਆ ਕੇ। ਗੱਡੀ ਲਿਆ ਕੇ ਮਾਰ ਕੇ ਉਹ ਦੁਬਾਰਾ ਲਾਹੌਰੀ ਗੇਟ ਵੱਲ ਨੂੰ ਮੁੜ ਗਿਆ। ਗੱਡੀ ਬਹੁਤ ਤੇਜ਼ ਭਜਾਈ ਉਹਨੇ, ਫਿਰ ਫੁਹਾਰਾ ਚੌਂਕ ਜਾ ਕੇ ਠੋਕੀ, ਫੁਹਾਰਾ ਚੌਂਕ ਤੋਂ ਬਾਅਦ ਲਾਹੌਰੀ ਗੇਟ ਠੋਕੀ, ਲਾਹੌਰੀ ਗੇਟ ਤੋਂ ਬਾਅਦ ਫਿਰ ਇੱਧਰ ਨੂੰ ਆ ਗਿਆ। ਜਿਹੜੀ ਲੇਡੀਜ਼ ਵਿੱਚ ਮਾਰੀ ਸੀ ਉਹ ਮੂਹਰੇ ਹੋ ਗਈ, ਉਹਨੂੰ ਕੁਚਲਣ ਲੱਗਿਆ ਸੀਗਾ, ਉਹ ਲੇਡੀਜ਼ ਨੇ ਭੱਜ ਕੇ ਜਾਨ ਬਚਾਈ ਆਪਣੀ, ਇੱਕ ਪਾਸੇ ਹੋ ਗਏ। ਉਹ ਤੋਂ ਬਾਅਦ ਇਹ ਰੋਡ 'ਤੇ ਚਲਾ ਗਿਆ, ਉਹ ਰਾਜਪੁਰਾ ਰੋਡ 'ਤੇ ਆਪੋ ਚੜ ਗਿਆ ਆਪਣਾ ਫਲਾਈਓਵਰ, ਫਲਾਈਓਵਰ ਤੋਂ ਬਾਅਦ ਖੰਡਾ ਚੌਂਕ ਜਾ ਕੇ ਫੜਿਆ ਗਿਆ ਜੀ ਉਹ। ਜਦੋਂ ਤੁਸੀਂ ਇਹ ਹਾਲਾਤ ਦੇਖੇ ਤੁਹਾਡੇ ਕੰਨੀ ਵੀ ਗੱਡੀ ਇਹ ਤੁਸੀਂ? ਅਸੀਂ ਰੋਕਣ ਦੀ ਕੋਸ਼ਿਸ਼ ਕਰੀ ਸੀ ਉਹਨੂੰ ਜੀ, ਉਹਨੇ ਗੱਡੀ ਬਹੁਤ ਤੇਜ਼ ਸਾਡੇ ਵੱਲ ਨੂੰ ਕਰਤੀ। ਠੀਕ ਹੈ, ਫਿਰ ਤੁਸੀਂ ਭੱਜੇ ਜਾਨ ਬਚਾਈ ਇੱਧਰ ਭੱਜ ਕੇ ਜਾਨ ਬਚਾਈ ਹੈ ਜੀ, ਭੱਜ ਕੇ ਜਾਨ ਬਚਾਈ। ਹਾਂਜੀ ਹਾਂਜੀ, ਸਾਈਡ 'ਚ ਹੋ ਗਿਆ, ਗੱਡੀ ਬਹੁਤ ਤੇਜ਼, ਬਹੁਤ ਤੇਜ਼ ਸੀ, ਬਹੁਤ ਤੇਜ਼ ਰਫ਼ਤਾਰ ਸੀ ਜੀ। ਭਾਈ ਸਾਹਿਬ ਅਜੈਬ ਸਿੰਘ ਜੀ, ਲੱਗਦਾ ਵੀ ਜਿਹੜੀ ਗੱਡੀ ਸੋਚ ਕਿੰਨੇ ਬੰਦੇ ਸਵਾਰ ਸੀ, ਕਿਸ ਤਰ੍ਹਾਂ ਚਲਾ ਰਹੇ ਸੀ, ਕੁਛ ਐਸਾ ਸਾਹਮਣੇ ਆਇਆ ਹੋਵੇ? ਗੱਡੀ 'ਚ ਮੇਰੇ ਖਿਆਲ 'ਚ ਦੋ ਕੁੜੀਆਂ ਸੀਗੀਆਂ ਜੀ, ਦੋ ਮੁੰਡੇ ਸੀਗੇ। ਦੋ ਮੁੰਡੇ, ਦੋ ਕੁੜੀਆਂ? ਹਾਂਜੀ, ਜਿਹੜੀ ਗੱਡੀ ਸੀ। ਹਾਂਜੀ ਹਾਂਜੀ, ਠੀਕ। ਸੋ ਤੁਸੀਂ ਦੇਖੋ ਕਿ ਅਜੈਬ ਸਿੰਘ ਨੇ ਜਿਹੜੇ ਮੌਕੇ 'ਤੇ ਮੌਜੂਦ ਸੀ, ਇੱਥੇ ਦੁਕਾਨ ਕਰਦੇ ਨੇ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਡੀ ਸਾਡੇ ਵੱਲ ਕਰਤੀ। ਉਸ ਤੋਂ ਬਾਅਦ ਇਸ ਰਸਤੇ ਤੋਂ ਉਹ ਜਾਂਦੇ ਨੇ ਅਤੇ ਅੱਗੇ ਰਾਜਪੁਰਾ ਰੋਡ ਨੂੰ ਗਏ। ਰਾਜਪੁਰਾ ਰੋਡ 'ਤੇ ਜਿਹੜਾ ਓਵਰ ਬ੍ਰਿਜ ਹੈ ਜਿਹਦੇ ਅਸੀਂ ਹੇਠਾਂ ਖੜ੍ਹੇ ਹਾਂ, ਉਹਦੇ ਉੱਪਰ ਆਏ ਅਤੇ ਉਸ ਤੋਂ ਬਾਅਦ ਖੰਡਾ ਚੌਂਕ ਗਏ ਜਿੱਥੇ ਲੋਕਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ। ਤੁਸੀਂ ਇੱਥੇ ਦੇਖੋ ਕਿ ਇਹ ਜਿਹੜੀ ਪੂਰੀ ਜਗ੍ਹਾ ਹੈਗੀ, ਕਾਫੀ ਭੀੜ ਭਰਿਆ ਇਲਾਕਾ ਹੈਗਾ ਅਤੇ ਇਸ ਜਗ੍ਹਾ ਦੇ ਉੱਪਰ ਜਿਹੜੀ ਗੱਡੀ ਹੈ ਸੱਜੇ ਪਾਸੇ ਮੁੜਦੀ ਹੈ। ਤੁਸੀਂ ਦੇਖੋ ਮੇਰੇ ਨਾਲ ਕਈ ਹੋਰ ਦੁਕਾਨਦਾਰ ਮੌਜੂਦ ਨੇ, ਤੁਸੀਂ ਉਦੋਂ ਮੌਜੂਦ ਸੀ ਜਦੋਂ ਇਹ ਹਾਦਸਾ ਹੋਇਆ? ਹਾਂਜੀ ਹਾਂਜੀ। ਕੀ ਦੇਖਿਆ ਤੁਸੀਂ? ਉਹ ਕਾਰ ਬੜੀ ਰਫ਼ਤਾਰ ਨਾਲ ਆ ਰਹੀ ਸੀਗੀ ਜੀ, ਅਤੇ ਪਹਿਲਾਂ ਐਕਟਿਵਾ 'ਚ ਮਾਰਿਆ, ਫਿਰ ਇੱਥੇ ਮੈਂ ਵੀ ਬਚ ਗਿਆ, ਮੇਰੇ ਕੋਲੋਂ ਲੰਘੀ ਗੱਡੀ, ਮੈਂ ਇੱਕਦਮ ਛਾਲ ਮਾਰ ਕੇ ਪਰਲੇ ਪਾਸੇ ਹੋ ਗਿਆ। ਸਰਦਾਰ ਸਾਹਿਬ, ਕਿੰਨੇ ਮੁੰਡੇ ਕੁੜੀਆਂ ਲੱਗੇ ਤੁਹਾਨੂੰ ਕਾਰ 'ਚ? ਕਾਰ 'ਚ ਦੋ ਮੇਰੇ ਕੁੜੀਆਂ ਸੀਗੀਆਂ, ਇੱਕ ਬੱਚਾ ਸੀ, ਬਾਕੀ ਮੁੰਡੇ ਸੀਗੇ ਦੋ ਕੁ ਜੀ। ਅਤੇ ਗੱਡੀ ਬਹੁਤ ਤੇਜ਼ ਸੀ ਜੋ ਤੁਸੀਂ ਦੇਖਿਓ ਉਹਦੇ ਨਾਲ ਸੀਗੀ ਜੀ, ਉਹਦੇ ਸਾਰੀ ਪਿੰਜਰ ਪਿੰਜਰ ਹੋ ਗਈ ਗੱਡੀ, ਹਾਂਜੀ ਅੱਗੋਂ ਪਿੱਛੋਂ ਸਾਰੀ ਟੁੱਟੀ ਵੀ ਹੈ। ਅਤੇ ਜੋ ਕੋਈ ਰੋਕਣ ਕਹਿੰਦੇ ਆਏ ਸੀ, ਜਿਹੜੇ ਰੋਕਣ ਭਜਾ ਕੇ ਲੈ ਗਿਆ ਗੱਡੀ ਜੀ, ਉਹਨਾਂ ਦਾ ਗੱਡੀ ਰੋਕੀ ਨਹੀਂ, ਮੁਰਿਆ ਜਾਂਦਾ ਮਰ ਸਕਦਾ? ਹਾਂ ਹਾਂ ਬਿਲਕੁਲ ਓਕੇ ਸੀਗਾ, ਜਨਾਨੀ ਮਸਾਂ ਬੱਚੀ ਹੈ ਉਰੇ। ਤੁਸੀਂ ਮਗਰ ਰੌਲਾ ਪਾਇਆ? ਰੌਲਾ ਕੀ ਸੀ, ਮਗਰ ਭੱਜੇ ਮੋਟਰਸਾਈਕਲ ਲੈ ਕੇ, ਉਹਨਾਂ ਨਿਕਲ ਗਿਆ ਸੀ ਉਹ। ਕੀ ਲੱਗਦਾ ਹੈ ਸਰਦਾਰ ਸਾਹਿਬ, ਜੇ ਮੂਹਰੇ ਕੋਈ ਆ ਜਾਂਦਾ ਤਾਂ ਹੋ ਸਕਦਾ ਕਿਸੇ ਨੂੰ ਮਰ ਵੀ ਸਕਦਾ? ਹਾਂਜੀ ਹਾਂਜੀ, ਬਹੁਤ ਤੇਜ਼ ਰਫ਼ਤਾਰ ਸੀ ਗੱਡੀ ਦੀ। ਅਸਲ ਤੁਸੀਂ ਦੇਖੋ, ਇਹ ਚਸ਼ਮਦੀਦ ਨੇ ਜਿਨ੍ਹਾਂ ਨੇ ਕਿਹਾ ਕਿ ਜੇਕਰ ਇਸ ਜਗ੍ਹਾ ਦੇ ਉੱਪਰ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਹੋ ਸਕਦਾ ਉਹ ਗੱਡੀ ਦੀ ਟੱਕਰ ਦੇ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ। ਪਰ ਗਨੀਮਤ ਇਹ ਰਹੀ ਕਿ ਜਦੋਂ ਕਿ ਐਕਟਿਵਾ ਨੂੰ ਉਹਨਾਂ ਕਾਰ ਸਵਾਰਾਂ ਦੇ ਵੱਲੋਂ ਟੱਕਰ ਮਾਰੀ ਗਈ ਤਾਂ ਹੋ ਸਕਦਾ ਕਿ ਉਹ ਘਬਰਾਹਟ ਦੇ ਨਾਲ ਭੱਜੇ ਹੋਣ, ਪਰ ਇਸ ਤਰ੍ਹਾਂ ਭੱਜੇ ਜਾਣਾ ਉਹਨਾਂ ਦੇ ਲਈ ਖਤਰਨਾਕ ਸਾਬਤ ਹੋਇਆ। ਉਹਨਾਂ ਨੇ ਅੱਗੇ ਕਈ ਹੋਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਜਾਂਚ ਦੀ ਗੱਲ ਕਹਿ ਰਹੀ ਹੈ ਅਤੇ ਕਿਹਾ ਕਿ ਅਸੀਂ ਦੋ ਲੜਕਿਆਂ ਨੂੰ ਕਾਬੂ ਕੀਤਾ, ਬਾਕੀ ਦੀ ਜਿਹੜੀ ਜਾਂਚ ਪੜਤਾਲ ਹੈ ਉਸ ਤੋਂ ਬਾਅਦ ਹੀ ਕੋਈ ਖੁਲਾਸਾ ਕੀਤਾ ਜਾਊਗਾ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।